வாகேகுரு வாகேகுரு வாகேகுரு. ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਚਿੰਨ ਕਰ ਰਾਖੀ ਮੇਰੀ ਮੈਂ ਮੂਰਖੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਕਰਵਾਸ ਨ ਭਰਿਆ ਰੇ ਆਪਣੇ ਸਿਵਕੀ ਆਪੇ ਰੱਖੇ ਆਪੇ ਨਾਮ ਜਪਾਵੈ ਆਪਣੇ ਸੇਵਕ ਨੂੰ ਸੇਵਕੀ ਆਪੇ ਰੱਖ ਆਪੇ ਨਾਮ ਜਪਾਵੈ ਆਪਣੇ ਸੇਵਕ ਨੂੰ ਆਪਣੇ ਸੇਵਕੀ ਆਪਣੇ ਸੇਵਕੀ ਆਪੇ ਰੱਖ ਆਪੇ ਨਾਮ ਜਪਾਵੈ ਆਪਣੇ ਸੇਵਕ ਨੂੰ ਆਪਣੇ ਸੇਵਕੀ ਆਪੇ ਰੱਖ ਆਪੇ ਨਾਮ ਜਪਾਵੈ ਆਪਣੇ ਸੇਵਕ ਨੂੰ ਆਪਣੇ ਸਿਵਕੀ ਆਪੇ ਰੱਖ ਆਪੇ ਨਾਮ ਜਪਾਵੈ ਜੈ ਜੈ ਕਾਜੀ ਕਿਰਤ ਸਿਵਕੀ ਤਾਂ ਤਾਂ ਉਠਤਾਵੈ ਸਿਵ ਕੋ ਨਿਟੀ ਹੋਏ ਦਿਖਾਵੈ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਇਆ ਮੈਂ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੈ ਜੀ ਆਪਣੇ ਸੇਵਕ ਨੂੰ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੈ ਆਪਣੇ ਸੇਵਕ ਨੂੰ ਆਪਣੇ ਸੇਵਕੀ ਆਪੇ ਰੱਖ ਆਪੇ ਨਾਮ ਜਪਾਵੈ ਆਪਣੇ ਸੇਵਕ ਨੂੰ ਆਪਣੇ ਸੇਵਕੀ ਆਪੇ ਰੱਖ ਆਪੇ ਨਾਮ ਜਪਾਵੈ ਜੀ ਆਪਣੇ ਸੇਵਕ ਨੂੰ ਆਪੇ ਰੱਖ ਆਪੇ ਨਾਮ ਜਪਾਵੈ ਆਪਣੇ ਸੇਵਕ ਨੂੰ
ਆਪੇ ਨਾਮ ਜਪਾਵੇ, ਆਪੇ ਨਾਮ ਜਪਾਵੇ, ਆਪੇ ਨਾਮ ਜਪਾਵੇ, ਆਪੇ ਨਾਮ ਜਪਾਵੇ, ਆਪਣੇ ਸਿਰ ਕੀ ਆਪੇ ਰੱਖੇ, ਆਪੇ ਨਾਮ ਜਪਾਵੇ ਜੀ ਆਪਣੇ ਸੇਵਕ ਨੂੰ, ਆਪਣੇ ਸਿਰ ਕੀ ਆਪੇ ਰੱਖੇ, ਆਪੇ ਨਾਮ ਜਪਾਵੇ ਆਪਣੇ ਸੇਵਕ ਨੂੰ, ਜੋ ਜੋ ਕਹਿ ਠਾਕੁਰ ਪੈ ਸੇਵਿਕ ਤਤਕਾਲ ਹੋਏ ਆਵੈ ਰਹੋ, ਤਿਸ ਸੇਵਿਕੈ ਹੋ ਬਲਿਹਾਰੀ, ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ, ਕਲਯੁਗ ਬਾਬੇ ਤਾਰਿਆਂ, ਕਲਯੁਗ ਬਾਬੇ ਤਾਰਿਆਂ, ਕਲਯੁਗ ਬਾਬੇ ਤਾਰਿਆਂ, ਕਲਯੁਗ ਬਾਬੇ ਤਾਰਿਆਂ, ਸਤਨਾਮ ਦਾ ਬੰਤਰ ਕਲਯੁਗ ਬਾਬੇ ਤਾਰਿਆਂ, ਕਲਯੁਗ ਬਾਬੇ ਤਾਰਿਆਂ, ਸਤਨਾਮ ਦਾ ਮੰਤਰ ਕਲਯੁਗ ਬਾਬੇ ਤਾਰਿਆਂ, ਕਲਯੁਗ ਬਾਬੇ ਤਾਰਿਆਂ, ਪੜ੍ਹ ਕੇ ਸਤਨਾਮ ਦਾ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਅਤੇ ਨਿੱਘੀ ਗੁਰ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ, ਆਪ ਕਾਫੀ ਸਮੇਂ ਤੋਂ ਗੁਰਬਾਣੀ ਹਰੀ ਜੇ ਸਰੀ ਕੀਰਤਨ ਸਰਵਣ ਕਰਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਗੁਰਚਰਨਾਂ ਵਿੱਚ ਲਗਾ ਕੇ ਸਭਨਿਆਂ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ ਰਹੇ ਹੋ, ਤਾਂ ਤੇ ਉਹ ਥੋੜ੍ਹਾ ਜਿਹਾ ਸਮਾਂ ਆਪਣੇ ਪਾਸ ਹੋ ਰਿਹਾ, ਇਹ ਵੀ ਸਮਾਂ ਗੁਰੂ ਚਰਨਾਂ ਵਿੱਚ ਲਾਈਏ। ਗੁਰੂ ਕੀ ਸੰਗਤ ਗੁਰੂ ਨਾਨਕ ਜੀ ਦਾ ਪ੍ਰਯੋਜਨੀ ਸੰਸਾਰ ਨੂੰ ਤਾਰਨਾ ਸੀ, ਤਾਰਿਆ ਜਹਾਨ ਲਿਆ ਅਵਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧੰਨ ਕਿਹਾ, ਤੇ ਜਨ ਜਮ ਨੇੜ ਨਾ ਆਇਆ। ਗੁਰੂ ਕੀ ਸੰਗਤ ਕਿਸੇ ਨੇ 10,000 ਜੀਵਾਂ ਦਾ ਭਲਾ ਕਰ ਦਿੱਤਾ ਹੋਵੇਗਾ, ਕਿਸੇ ਨੇ ਲੱਖ ਦਾ, ਕਿਸੇ ਨੇ ਕਰੋੜ ਦਾ, ਕਿਸੇ ਨੇ ਮਾਫ ਕਰਨਾ 10 ਕਰੋੜ 50 ਕਰੋੜ ਦਾ ਭਲਾ ਕਰ ਦਿੱਤਾ ਹੋਵੇਗਾ। ਇੱਥੇ ਤਾਂ ਬਾਬੇ ਨਾਨਕ ਨੇ ਕਲਯੁਗ ਨੂੰ ਹੀ ਤਾਰ ਦਿੱਤਾ।
ਆਪ ਜੀ ਦਾ ਪ੍ਰਯੋਜਨ ਹੀ ਸੰਸਾਰ ਦਾ ਉਧਾਰ ਕਰਨਾ ਸੀ। ਅੱਜ ਸੁਲਤਾਨ ਦੀ ਉੱਪਰ ਦੀ ਧਰਤੀ 'ਤੇ ਮੋਦੀ ਖਾਨੇ ਨੇ ਨਵਾਬ ਨੇ ਜਦੋਂ ਗੁਰੂ ਬਾਬੇ ਨੂੰ ਜਵਾਬ ਦਿੱਤਾ ਤਾਂ ਸਤਿਸੰਗ ਜੀ ਵੀ ਇਹ ਭਾਈਏ ਜੈਰਮ ਦਾ ਸਾਰਾ ਤਾਂ ਮੈਨੂੰ ਜੜ ਕੇ ਛੱਡੇਗਾ। ਜੋ ਹੱਟ ਸੀ, ਜੋ ਮੋਦੀ ਖਾਨਾ ਸੀ, ਉਹਨੂੰ ਲੋਕ ਲਵਾ ਦਿੱਤਾ ਗਿਆ। ਸਤਿਸੰਗ ਜੀ ਉੱਧਰ ਆਖਿਆ ਕੱਲ੍ਹ ਨੂੰ ਕੰਮ 'ਤੇ ਨਾ ਆਵੀਂ। ਗੁਰੂ ਨਾਨਕ ਜੀ ਸਤਿਸੰਗ ਅੱਜ ਕਰੇ ਗਏ, ਇਹਦੇ ਸਤਿਸੰਗ ਜੀ ਦੂਜੇ ਦਿਨ ਬਾਅਦ ਮੋਦੀਖਾਨੇ ਨੇ ਉਸ ਮੋਦੀਖਾਨੇ ਦਾ ਦਰਵਾਜ਼ਾ ਖੋਲ੍ਹਿਆ, ਹਿਸਾਬ ਕਿਤਾਬ ਕੀਤਾ। 7,500 ਰੁਪਈਆ ਗੁਰੂ ਬਾਬੇ ਦਾ ਮੋਦੀਖਾਨੇ ਦੇ ਨਵਾਬ ਵੱਲ ਨਿਕਲਿਆ। ਸਤਿਸੰਗ ਜੀ ਉਹ ਹੈਰਾਨ ਸੀ ਕਿ ਕਿੱਥੇ ਲੁੱਟ ਮਚਾਈ ਸੀ, ਕਿੱਥੇ 7,500 ਰੁਪਈਆ ਮੇਰਾ ਫਾਇਦਾ ਨਿਕਲਿਆ। ਉਹਨੇ ਭਾਈ ਜੈਰਾਮ ਨੂੰ ਆਖਿਆ, ਕੋਈ ਗੱਲ ਨਹੀਂ, ਰਿਸ਼ਤੇਦਾਰ ਸੰਬੰਧੀ ਸਾਰਿਆਂ ਦੇ ਇੱਕੋ ਵਰਗੇ ਹੁੰਦੇ ਨੇ, ਮੈਂ ਗੁਰੂ ਨਾਨਕ ਜੀ ਜੀ ਸਦਕੇ ਨਾਨਕ ਮੇਰੇ ਹੱਥ 'ਤੇ ਪਵੇ ਅਤੇ ਆਪਣਾ ਵੰਜ ਵਪਾਰ ਦਾ ਕੰਮ ਕਰੇ। ਪਰ ਇੱਧਰ ਬਾਬੇ ਨਾਨਕ ਨੇ ਆਖਿਆ, ਬਸ ਇਹਨੇ ਇੰਨਾ ਹੀ ਕਰਨਾ ਸੀ, ਕਰ ਰਿਹਾ, ਬਸ ਹੋਰ ਨਹੀਂ ਕਰਨਾ। ਅੱਜ ਗੁਰੂ ਨਾਨਕ ਜੀ ਨਿੱਤਾ ਪ੍ਰਤੀ ਜਾਂਦੇ ਸਨ ਅੰਮ੍ਰਿਤ ਵੇਲਾ ਸੰਭਾਲਣ ਵਾਸਤੇ, ਰਹੀ ਨਦੀ ਦਰਿਆ ਦੇ ਨਦੀ ਦੇ ਕੰਢੇ ਗੁਰੂ ਕਿਸ਼ਨ ਜੋ ਅੱਜ ਵੀ ਸੁਲਤਾਨਪੁਰ ਦੀਆਂ ਜੜ੍ਹਾਂ ਦੇ ਵਿੱਚੋਂ ਦੀ ਨਿਕਲਦੀ ਹੈ। ਭਾਈ ਬਾਲਣ ਨਾਲ ਲੈ ਕੇ ਅੰਮ੍ਰਿਤ ਵੇਲੇ ਜਾਣਾ, ਇਸ਼ਨਾਨ ਕਰਨਾ, ਸਮਾਂ ਸੰਭਾਲਣਾ। ਅੱਜ ਗੁਰੂ ਨਾਨਕ ਜੀ ਨੇ ਜੋ ਸਮਾਧੀ ਲਾਈ, ਮਾਫ਼ ਕਰਨਾ, ਡੁਬਕੀ ਲਗਾਈ ਜਾਂ ਟੁੱਬੀ ਲਾਈ, ਤਾਂ ਗੁਰੂ ਨਾਨਕ ਜੀ ਸੱਚਖੰਡ ਚਲੇ ਗਏ। ਭਾਈ ਗੁਰਦਾਸ ਨੇ ਦੱਸਿਆ, ਬਾਬਾ ਪੈਂਦਾ ਸੱਚਖੰਡ, ਸਾਰੇ ਪੜੋ, ਬਾਬਾ ਪੈਂਦਾ ਸੱਚਖੰਡ, ਨੌਨਦ ਨਾਮ ਗਰੀਬੀ ਪਾਈ। ਮਾਫ਼ ਕਰਨਾ ਗੁਰੂ ਬਾਬਾ ਜੀ, ਸੱਚਖੰਡ ਚਲੇ ਗਏ। ਜਦੋਂ ਸੱਚਖੰਡ ਚਲੇ ਗਏ, ਅੱਗੇ ਨਿਰੰਕਾਰ ਦਾ ਦਰਬਾਰ ਲੱਗਿਆ ਹੋਇਆ, ਜਿੱਤ ਦਾ ਲੱਖ ਮੁਹੰਮਦਾਂ, ਲੱਖ ਬ੍ਰਹਮਾ, ਵਿਸ਼ਨ ਮਹੇਸ਼, ਜਿਵੇਂ ਕਿਸੇ ਰਾਜੇ ਮਹਾਰਾਜੇ ਦਾ ਦਰਬਾਰ ਲੱਗਾ ਹੋਵੇ, ਉਹਦੇ ਵਜ਼ੀਰ, ਮੰਤਰੀ, ਟਹਿਲਕਾਰ, ਅਹਿਲਕਾਰ, ਜਰਨੈਲ ਇਤਿਹਾਸ ਖੱਬੇ ਸੱਜੇ ਖੜ੍ਹੇ ਹੁੰਦੇ ਹਨ ਹੱਥ ਜੋੜ ਕੇ। ਇਹੋ ਜਿਹਾ ਸਤਿਸੰਗ ਜੀ ਸੱਚਖੰਡ ਦਾ ਨਜ਼ਾਰਾ ਬਣਿਆ ਹੋਇਆ, ਇਹੋ ਜਿਹਾ ਦ੍ਰਿਸ਼ ਬਣਿਆ ਹੋਇਆ। ਸਤਿਸੰਗ ਜੀ ਬਾਬਾ ਜੀ ਉਹਨਾਂ ਅਵਤਾਰਾਂ ਦੇ ਵਿੱਚ ਆਪ ਵੀ ਚਲੇ ਗਏ, ਉਹਨਾਂ ਵੀ ਜਾ ਕੇ ਖੜ੍ਹੇ ਹੋ ਗਏ। ਮਾਫ਼ ਕਰਨਾ, ਬਾਬਾ ਜੀ ਨੇ ਖੱਬੇ ਸੱਜੇ ਦੇਖਿਆ, ਹੱਥ ਬੰਨ ਕੇ ਖਲੋਤੇ ਨੇ ਸਾਰੇ ਦੇਵੀ ਦੇਵ, ਲੱਖਾਂ ਦੇਵਤੇ ਬਣ ਕੇ ਖਲੋਤੇ ਨੇ ਸਾਰੇ ਦੇਵੀ ਦੇਵ, ਲੱਖਾਂ ਔਲੀਏ ਹੱਥ ਬੰਨ ਕੇ ਖਲੋਤੇ ਨੇ ਬਨ ਕੇ ਖਲੋਤੇ ਨੇ, ਖਲੋਤੇ ਨੇ ਸਾਰੇ ਦੇਵੀ ਦੇਵ, ਲੱਖਾਂ ਔਲੀਏ ਹੱਥ ਬਨ ਕੇ ਖਲੋਤੇ ਨੇ ਸਾਰੇ ਦੇਵੀ ਦੇਵ, ਲੱਖਾਂ ਔਲੀਏ ਦੇਖੋ 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 ਦ
ਲੱਖਾਂ ਔਲੀਏ ਜੀ ਮੇਰੇ ਪਿਆਰੇ, ਦੇਵੀ ਦੇਵ ਲੱਖਾਂ ਔਲੀਏ, ਦੇਵੀ ਦੇਵ ਲੱਖਾਂ ਔਲੀਏ ਜੀ, ਵਾ ਦੇਵੀ ਦੇਵ ਲੱਖਾਂ ਔਲੀਏ, ਹੱਥ ਬੰਨ ਕੇ ਖਲੋਤੇ ਨੇ, ਖਲੋਤੇ ਨੇ ਤਾਰੇ, ਦੇਵੀ ਦੇਵ ਲੱਖਾਂ ਔਲੀਏ ਜੀ, ਹੱਥ ਬੰਨ ਕੇ ਖਲੋਤੇ ਨੇ, ਦੇਵੀ ਦੇਵ ਲੱਖਾਂ ਔਲੀਏ, ਹੱਥ ਬੰਨ ਕੇ ਸੱਚਖੰਡ ਦਾ ਨਕਸ਼ਾ ਕੁਝ ਐਸਾ ਹੀ ਬਣਿਆ ਹੋਇਆ ਹੈ। ਬਾਬਾ ਜੀ ਨਿਰੰਕਾਰ ਦੇ ਦੇਸ਼ ਵਿੱਚ, ਨਿਰੰਕਾਰ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਸਨਮੁੱਖ ਹੋ ਕੇ ਖੜ੍ਹੇ ਹੋ ਗਏ। ਗੁਰੂ ਕੀ ਸੰਗਤ, ਪਰਮੇਸ਼ਰ ਨੇ ਆਖਿਆ ਨਾਨਕ ਮੈਂ ਤੈਨੂੰ ਇਸ ਕੰਮ ਵਾਸਤੇ ਭੇਜਿਆ ਸੀ, ਕਦੇ ਤੂੰ ਮੱਝਾਂ ਦਾ ਪਾਲੀ ਬਣ ਜਾਂਦਾ, ਕਦੇ ਤੂੰ ਚਿੜੀਆਂ ਦਾ ਉਡਾਉਣ ਵਾਸਤੇ ਖੇਤਾਂ ਦਾ ਰਾਖਾ ਬਣ ਜਾਂਦਾ, ਕਦੇ ਤੂੰ ਉਜੜੀਆਂ ਫਸਲਾਂ ਉਜਾੜ ਕੇ ਹਰੀਆਂ ਭਰੀਆਂ ਕਰ ਦਿੰਦਾ, ਉਜੜੀਆਂ ਫਸਲਾਂ ਹਰੀਆਂ ਭਰੀਆਂ ਕਰ ਦਿੰਦਾ, ਕਦੇ ਤੂੰ ਹੱਟੀ ਪਾ ਲੈਂਦਾ। ਮੈਂ ਤੈਨੂੰ ਇਸ ਕੰਮ ਲਈ ਥੋੜ੍ਹਾ ਭੇਜਿਆ ਸੀ, ਮੇਰਾ ਪ੍ਰਯੋਜਨ ਤਾਂ ਤੈਨੂੰ ਸੰਸਾਰ ਦਾ ਤੈਨੂੰ ਭੇਜਣ ਦਾ, ਸੰਸਾਰ ਦਾ ਉਧਾਰ ਕਰਨਾ ਸੀ। ਬਹੁਤੀ ਦੁਨੀਆ ਕਹਿੰਦੀ ਕਿ ਗੁਰੂ ਨਾਨਕ ਦਾ ਗੁਰੂ ਕੌਣ ਹੈ, ਇੱਕ ਵਾਰੀ ਕਹਿ ਦੇ ਵਹਿਰੂ, ਇੱਥੋਂ ਹੀ ਪਤਾ ਲੱਗ ਜਾਏਗਾ। ਉਸ ਮੌਕੇ ਗੁਰੂ ਨਾਨਕ ਜੀ ਨੇ ਨਿਰੰਕਾਰ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਨਿਰੰਕਾਰ ਦੁਨੀਆਂ ਦੇ ਵਿੱਚ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਔਲੀਏ ਗਏ ਨੇ, ਮਾਫ਼ ਕਰਨਾ, ਉਹਨਾਂ ਸਾਰਿਆਂ ਦੇ ਗੁਰੂ ਹੋਏ ਹਨ, ਅਤੇ ਨਗੁਰੇ ਬੰਦੇ ਨੂੰ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ ਹੈ। ਮੈਨੂੰ ਵੀ ਹੁਕਮ ਕਰੋ, ਆ ਮੈਨੂੰ ਗੁਰੂ ਰੂਪ ਹੋ ਕੇ ਮਾਫ਼ ਕਰਨਾ, ਗੁਰੂ ਕੀ ਸੰਗਤ, ਗੁਰੂ ਰੂਪ ਹੋ ਕੇ ਉਪਦੇਸ਼ ਦੇਵੋ, ਅਤੇ ਮੇਰੇ ਗੁਰੂ ਬਣ ਕੇ ਮੈਨੂੰ ਉਪਦੇਸ਼ ਦੇਵੋ, ਅਤੇ ਫਿਰ ਤਾਂ ਕਿ ਜਾ ਕੇ ਸੰਸਾਰ ਦਾ ਉਧਾਰ ਕਰ ਸਕਾਂ। ਉਸ ਮੌਕੇ ਪਰਮੇਸ਼ਰ ਨੇ ਆਖਿਆ ਠੀਕ, ਮਾਫ਼ ਕਰਨਾ ਉਪਦੇਸ਼ ਕਿਹਨੇ ਦਿੱਤਾ? ਗੁਰੂ ਨਾਨਕ ਜੀ ਨੂੰ, ਪਰਮੇਸ਼ਰ ਨੇ, ਅਕਾਲ ਪੁਰਖ ਨੇ। ਇਉਂ ਗੁਰੂ ਪਰਮੇਸ਼ਰ ਨੇ ਆਖਿਆ, ਸਤਸੰਗ ਜੀ ਇੱਕ ਓਂਕਾਰ ਸਤਨਾਮ, ਇੱਕ ਓਂਕਾਰ ਸਤਨਾਮ, ਇੱਕ ਓਂਕਾਰ ਓਂਕਾਰ ਸਤਨਾਮ, ਇੱਕ ਓਂਕਾਰ ਸਤਨਾਮ, ਇੱਕ ਓਂਕਾਰ ਕਰਤਾ ਪੁਰਖ, ਕਰਤਾ ਪੁਰਖ, ਕਰਤਾ ਪੁਰਖ, ਕਰਤਾ ਪੁਰਖ,
nirbhau nirvair nirbhau nirvair akal murt akal murt akal murt akal murt yoni sevang akal murt yoni sevang akal gurpur sad ये उपदेश निरंकार ने गुरु नानक जी नु दिता सतनाम 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 जी सतनाम 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 जी satnam 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 ji satnam 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 ji ਸੱਚਖੰਡ ਬਾਬਾ ਪੈਂਦਾ ਸੱਚਖੰਡ ਬਾਬਾ ਪੈਂਦਾ ਬਾਬਾ ਪੈਂਦਾ ਸੱਚਖੰਡ ਬਾਬਾ ਪੈਂਦਾ ਸੱਚਖੰਡ ਨਾਮ ਗਰੀਬੀ ਪਾਈ ਬਾਬਾ ਪੈਂਦਾ ਤੂੰ ਬਾਬਾ ਪੈਂਦਾ ਸੱਚਖੰਡ ਗਰੀਬੀ ਪਾਈ
ਬਾਬਾ ਪੈਂਦਾ ਬਾਬਾ ਪੈਂਦਾ ਸੱਚਖੰਡ ਬਾਬਾ ਜੀ ਦੋ ਦਿਨ ਵੇਈ ਦੇ ਵਿੱਚ ਰਹੇ ਸੱਚਖੰਡ ਵਿੱਚ। ਇੱਧਰ ਭਾਈ ਬਾਲਾ ਬੜਾ ਬੇਚੈਨ ਹੋ ਕੇ ਉਦਾਸੀ 'ਚ ਬੇਬੇ ਨਾਨਕੀ ਕੋਲ ਜਾ ਕੇ ਬਹਿੰਦਾ। ਸਾਰੇ ਸੁਲਤਾਨਪੁਰ ਵਿੱਚ ਇਸ ਗੱਲ ਦੀ ਬੜੀ ਚਰਚਾ ਹੈ, ਬੜੇ ਅਫਸੋਸ ਦੀ ਗੱਲ ਹੈ, ਬੜੇ ਦੁੱਖ ਦੀ ਗੱਲ ਹੈ। ਜਿੰਨੇ ਮੂੰਹ ਉਨੀਆਂ ਗੱਲਾਂ ਜਿਹੜੇ ਸ਼ਰਧਾਲੂ ਕਹਿੰਦੇ ਹਨ। ਬੜਾ ਦੁੱਖ ਹੈ, ਬੇਬੇ ਨਾਨਕੀ ਦਾ ਇੱਕੋ ਇੱਕ ਵੀਰ ਸੀ ਉਹ ਡੁੱਬ ਗਿਆ। ਜਿਹੜੇ ਦੂਜੇ ਪਾਸੇ ਦੇ ਸਨ, ਨਿੰਦਕ ਮਨਮੁਖ ਚੋਰਖੋਰ ਕਹਿੰਦੇ ਸਨ, ਉਹ ਡੁੱਬਣਾ ਹੀ ਸੀਗਾ। ਮਾਫ ਕਰਨਾ ਗੁਰੂ ਕੀ ਸੰਗਤ, ਹੁਣ ਹਿਸਾਬ ਕਿਤਾਬ ਜੋ ਦੇਣਾ ਪੈ ਗਿਆ ਨਵਾਬ ਦਾ, ਤਾਂ ਹੁਣ ਡੁੱਬਣਾ ਹੀ ਸੀ, ਹੋਰ ਕੀ ਹੋਣਾ ਸੀ। ਭਾਈ ਬਾਲਾ ਜਾ ਕੇ ਬੇਬੇ ਨਾਨਕੀ ਦੇ ਕੋਲ ਬੈਠਦਾ ਹੈ। ਸਾਰਾ ਸਾਰਾ ਦਿਨ ਬੈਠ ਕੇ ਕਹਿੰਦਾ, ਬੇਬੇ ਨਾਨਕੀ ਜੀ ਤੇਰਾ ਵੀਰ ਡੁੱਬ ਗਿਆ। ਆਖਿਆ, ਬਾਲਾ ਤੂੰ ਹੌਂਸਲਾ ਰੱਖ, ਇਹਦੇ ਵਿੱਚ ਵੀ ਮੇਰੇ ਚੀਜ਼ ਵੀਰ ਦਾ ਕੋਈ ਰਾਜ ਹੈ, ਇਹਦੇ ਵਿੱਚ ਵੀ ਕੋਈ ਮੇਰੇ ਵੀਰ ਦਾ ਭੇਦ ਹੈ। ਮਾਫ ਕਰਨਾ, ਮੇਰਾ ਵੀਰ ਨਹੀਂ ਡੁੱਬ ਸਕਦਾ, ਉਹ ਤਾਂ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ ਹੈ। ਡੁੱਬਿਆਂ ਨੂੰ ਤਾਰਨ ਜੀ ਦੁਨੀਆਂ ਵਿੱਚ ਆਇਆ ਵੀਰ ਹੈ। ਡੁੱਬਿਆਂ ਨੂੰ ਤਾਰਨ ਜੀ ਦੁਨੀਆਂ ਵਿੱਚ ਆਇਆ ਵੀਰ ਹੈ। ਡੁੱਬਿਆਂ ਨੂੰ ਤਾਰਨ ਲਈ ਦੁਨੀਆਂ ਨੂੰ ਤਾਰਨ ਲਈ ਡੁੱਬਿਆਂ ਨੂੰ ਆਇਆ ਨਾਨਕ ਹੈ। ਦੁਨੀਆਂ ਨੂੰ ਤਾਰਨ ਲਈ ਦੁਨੀਆਂ ਵਿੱਚ ਆਇਆ ਨਾਨਕ ਹੈ। ਡੁੱਬਿਆਂ ਨੂੰ ਆਖਿਆ, ਬਾਲਾ ਤੂੰ ਘਬਰਾ ਨਾ, ਮੇਰਾ ਵੀਰ ਤਾਂ ਡੁੱਬਿਆਂ ਨੂੰ ਤਾਰਨ ਵਾਲਾ ਵਾਸਤੇ ਆਇਆ ਹੈ। ਡੁੱਬਿਆਂ ਨੂੰ ਤਾਰਨ ਵਾਲਾ ਕਦੇ ਡੁੱਬ ਨਹੀਂ ਸਕਦਾ, ਚਿੰਤਾ ਨਾ ਕਰ, ਫਿਕਰ ਨਾ ਕਰ, ਹੌਂਸਲਾ ਰੱਖ, ਆ ਜਾਣਗੇ। ਮਾਤਾ ਬੇਬੇ ਨਾਨਕੀ ਬੜੇ ਦਲਾਸੇ ਦਿੰਦੀ ਹੈ, ਮਾਫ ਕਰਨਾ ਗੁਰੂ ਕੀ ਸੰਗਤ, ਪਰ ਮਨ ਨੂੰ ਸਾਹ ਸੰਧੀਰਜ ਨਹੀਂ ਆਉਂਦਾ, ਹੌਂਸਲਾ ਨਹੀਂ ਆਉਂਦਾ। ਬਿਨਾਂ ਨਾਮ ਤੋਂ ਸ਼ਾਂਤ ਨਾ ਆਵੇ ਤੇ ਧੀਰਜ ਨਾ ਹੋਵੇ ਮਨ ਨੂੰ। ਬਿਨਾਂ ਨਾਮ ਤੋਂ ਸ਼ਾਂਤ ਨਾ ਆਵੇ ਧੀਰਜ ਨਾ ਆਵੇ ਮਨ ਨੂੰ। ਬਿਨਾਂ ਨਾਮ ਤੋਂ ਸ਼ਾਂਤ ਨਾ ਹੋਵੇ, ਸ਼ਾਂਤ ਨਾ ਹੋਵੇ ਧੀਰਜ ਨਾ ਆਵੇ,
बिना नाम सुशान पना होवे सीरज न आवे मन मेरे प्यारे सीरज न आवे मेरे प्यारे सीरज न आवे मन से दिंदी है बड़ी त्रास दिंदी है बाला चिंता ना कर आ जाएंगे पर बाले दा मन काला हो पैंदा उतावला हो पैंदा क्योंकि अखी देखिया सी उस वेई दे विच डुबकी लगाया और ऐ समझदा सी भी गुरु नानक जी नानक डुब गया पर रोज नित्ता प्रति अमृत वेले दे समय ਭਾਈ ਬਾਲਾ ਉਸ ਵੇਈ 'ਤੇ ਇਸ਼ਨਾਨ ਕਰਨ ਜਾਂਦਾ ਅੱਜ ਤੀਸਰੇ ਦਿਨ ਜਦੋਂ ਇਸ਼ਨਾਨ ਕਰਨ ਵਾਸਤੇ ਭਾਈ ਬਾਲਾ ਗਿਆ ਤਾਂ ਗੁਰੂ ਕੀ ਸੰਗਤ ਸੂਰਜ ਨਿਕਲਣ 'ਤੇ ਗਿਆ ਗੁਰੂ ਬਾਬਾ ਜੀ ਗੁਰੂ ਨਾਨਕ ਜੀ ਵੇਈ ਦਰਿਆ ਦੇ ਵਿੱਚੋਂ ਬਾਹਰ ਨਿਕਲੇ ਆਏ ਬਾਲੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਆਖੇ ਨਾਨਕ ਜੀ ਕਿੱਥੇ ਗਏ ਸੀ ਆਖੇ ਕਿੱਥੇ ਜਾਣਾ ਸੀ ਮਾਫ਼ ਕਰਨਾ ਗੁਰੂ ਕੀ ਸੰਗ ਜਿਵੇਂ ਵਹਿਰੂ ਰੱਖਦਾ ਉਵੇਂ ਰਹਿਣਾ ਨਾ ਖੈਰ ਬਾਬਾ ਜੀ ਨੇ ਆਖਿਆ ਬਾਲਿਆ ਚੱਲ ਛੇਤੀ ਕਰ ਕਰ ਬੇਬੇ ਇੰਤਜ਼ਾਰ ਕਰਦੀ ਹੋਏਗੀ ਜਦ ਬੇਬੇ ਨਾਨਕੀ ਗੁਰੂ ਨਾਨਕ ਜੀ ਨੂੰ ਰੱਬ ਕਰਕੇ ਮੰਨਦੀ ਸੀ ਪਰਮੇਸ਼ਰ ਸਾਖਸ਼ਾਤ ਪ੍ਰਭੂ ਕਰਕੇ ਮੰਨਦੀ ਸੀ ਜਦੋਂ ਕਰ ਗਏ ਤਾਂ ਬਾਬਾ ਜੀ ਨੇ ਬੇਬੇ ਨਾਨਕੀ ਦੇ ਚਰਨਾਂ 'ਤੇ ਹੱਥ ਲਾਇਆ ਨਮਸਕਾਰ ਕੀਤੀ ਬੇਬੇ ਨਾਨਕੀ ਨੇ ਆਖਿਆ ਵੀਰ ਤੂੰ ਆਹ ਕੀ ਕੀਤਾ ਮੇਰੇ ਪੈਰਾਂ 'ਤੇ ਹੱਥ ਕਿਉਂ ਲਾਇਆ ਮਾਫ਼ ਕਰਨਾ ਉਸ ਮੌਕੇ ਨਾਨਕ ਜੀ ਨੇ ਕਿਹਾ ਆਖਿਆ ਬੇਬੇ ਤੂੰ ਮੇਥੋਂ ਵੱਡੀ ਹੈ ਬਹੁਤ ਤੇਰੀ ਉਮਰ ਮੈਥੋਂ ਕਿਤੇ ਜ਼ਿਆਦਾ ਹੈ ਇਸ ਕਰਕੇ ਮੇਰਾ ਸਤਿਕਾਰ ਵੀ ਬਣਦਾ ਵੱਡਿਆਂ ਦਾ ਸਤਿਕਾਰ ਕਰਨਾ ਫਰਜ਼ ਬਣਦਾ ਫਿਰ ਬੇਬੇ ਨੇ ਸੁਖਸਾਂਦ ਪੁੱਛੀ ਕਿਵੇਂ ਰਹੇ ਕਿੱਥੇ ਗਏ ਸੀ ਆਖਿਆ ਬੇਬੇ ਜੀ ਤੁਸੀਂ ਤਾਂ ਜਾਣਦੇ ਹੀ ਹੋ
ਜਿੱਥੇ ਨਿਰੰਕਾਰ ਲੈ ਗਿਆ ਉੱਥੇ ਚਲੇ ਗਏ, ਹੁਕਮ ਹੋਇਆ ਅਤੇ ਬਾਹਰ ਆ ਗਏ। ਉੱਥੋਂ ਗੁਰੂ ਨਾਨਕ ਜੀ ਨੇ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵਿੱਚ ਤਾਂ ਜਪ ਤੱਕ ਗੁਰਪ੍ਰਸਾਦ ਤੱਕ ਇਹ ਮੰਤਰ ਮੂਲ ਮੰਤਰ ਲੈ ਕੇ ਆਏ। ਜਪ ਅੱਗੇ ਜਿਹੜੀ ਬਾਣੀ ਹੈ, ਜਪ ਬਾਣੀ ਦਾ ਨਾਮ ਹੈ। ਅੱਗੇ ਸਤਸੰਗ ਜੋ ਆਦਿ ਸਤਿਯੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਗੁਰੂ ਨਾਨਕ ਜੀ ਦੀ ਬਾਣੀ ਹੈ। ਉਹ ਜੋ ਪਹਿਲਾ ਗੁਰਮੰਤਰ ਹੈ, ਮੂਲ ਮੰਤਰ ਹੈ, ਗੁਰੂ ਬਾਬਾ ਜੀ ਨਿਰੰਕਾਰ ਦੇ ਪਾਸੋਂ, ਜਿਵੇਂ ਅਸੀਂ ਕਹਿੰਦੇ ਨਾਮ ਦੀ ਦਾਤ ਲਈ ਹੈ, ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ, ਪੰਜ ਪਿਆਰੇ ਸਾਨੂੰ ਗੁਰੂ ਰੂਪ ਹੋ ਕੇ ਮੂਲ ਮੰਤਰ ਗੁਰਮੰਤਰ ਤੋਂ ਜਾਣੂ ਕਰਵਾਉਂਦੇ ਹਨ। ਘਰ ਗੁਰੂ ਕੇ ਸੰਗ ਗੱਲਾਂ ਕਰਦੇ ਕਰਦੇ ਬਹੁਤ ਸਮਾਂ ਬੀਤ ਗਿਆ। ਹੁਣ ਬਾਬਾ ਜੀ ਜੰਗਲ ਦੇ ਮਾਫ ਕਰਨਾ ਮੁਰਦ ਘਾਟ ਚਲੇ ਜਾਂਦੇ ਨੇ। ਸਤਸੰਗ ਜੀ ਨੂੰ ਮੁੜੀਆਂ ਵੀ ਕਹਿ ਦਿੰਦੇ ਨੇ। ਉੱਥੇ ਜਾ ਕੇ ਬਾਬਾ ਜੀ ਸਾਰਾ ਦਿਨ ਬੈਠੇ ਰਹਿੰਦੇ ਨੇ। ਉਹ ਕੀ ਕਹਿੰਦੇ ਨੇ? ਕਹਿੰਦੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹਨਾਂ ਗੱਲਾਂ ਦਾ ਪਤਾ ਕਾਰੀਆਂ ਮੁਲਾਣਿਆਂ ਨੂੰ ਲੱਗਿਆ ਜਿਹੜੇ ਮਸਜਿਦਾਂ 'ਚ ਕੰਮ ਕਰਦੇ ਸੀ, ਜਿਵੇਂ ਆਪਣੇ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘ ਕੰਮ ਕਰਦੇ ਹਨ। ਉਹਨਾਂ ਜਾ ਕੇ ਨਵਾਬ ਦੇ ਕੋਲ ਸ਼ਿਕਾਇਤ ਕੀਤੀ। ਨਵਾਬ ਤਾਂ ਸਮਝ ਚੁੱਕਾ ਸੀ ਜਦੋਂ ਉਹਦਾ ਮਾਫ ਕਰਨਾ ਗੁਰੂ ਕੀ ਸੰਗਤ 750 ਰੁਪਈਆ ਉਹਦੇ ਮਾਫ ਕਰਨ ਦੁਕਾਨਦਾਰੀ 'ਚ ਵਧਿਆ ਸੀ। ਉਹ ਸਮਝ ਗਿਆ ਸੀ ਕਿ ਨਾਨਕ ਕੋਈ ਆਮ ਬੱਚਿਆਂ ਵਰਗਾ ਬੱਚਾ ਨਹੀਂ। ਫਿਰ ਇਹ ਵੀ ਸੁਣ ਇਸ ਗੱਲ ਦੀ ਵੀ ਸੋਧ ਮਿਲ ਗਈ ਸੀ ਕਿ ਨਾਨਕ ਦੋ ਦਿਨ ਵਹੀ ਨਦੀ ਦੇ ਵਿੱਚ ਡੁੱਬੀ ਲਾਈ, ਕਿੱਥੇ ਗਿਆ, ਨਿਰੰਕਾਰ ਦੇਸ਼ ਨੂੰ ਗਿਆ। ਇਹਨਾਂ ਗੱਲਾਂ ਦਾ ਉਹਦੇ ਮਨ ਦੇ ਉੱਤੇ ਬੜਾ ਅਸਰ ਸੀ ਅਤੇ ਗੁਰੂ ਕੀ ਸੰਗਤ ਉੱਥੇ ਉਹਨਾਂ ਆਖਿਆ ਜੀ ਪੁੱਛੋ ਤਾਂ ਸਹੀ ਨਾਨਕ ਨੂੰ, ਨਾ ਹੋਣਗੇ ਹਿੰਦੂ ਵਿਚਾਰੇ। ਉਹਨੂੰ ਇਸਲਾਮ ਦੀ ਤੂਤੀ ਬੋਲਦੀ ਸੀ ਸਾਰੇ ਹਿੰਦੁਸਤਾਨ ਦੇ ਵਿੱਚ, ਕੋਈ ਖੜਾ ਹੋਕਾ ਨਹੀਂ ਸੀ ਲੈ ਸਕਦਾ। ਮਾਫ ਕਰਨਾ ਪੁੱਛੋ ਤਾਂ ਸਹੀ ਨਾਨਕ ਨੂੰ ਸਦਕੇ, ਨਾ ਹੋਣਗੇ ਹਿੰਦੂ ਵਿਚਾਰੇ, ਜਜੀਏ ਟੈਕਸਾਂ ਕਰਾਂ ਦੇ ਮਾਰੇ, ਪਰ ਇਸਲਾਮ ਦਾ ਤਾਂ ਚੱਕਰਵਰਤੀ ਰਾਜ ਹੈ। ਨਵਾਬ ਚਾਹੁੰਦਾ ਨਹੀਂ ਸੀ ਪਰ ਫਿਰ ਵੀ ਬੁਲਾਇਆ। ਜਦੋਂ ਬੁਲਾਇਆ ਆਖਿਆ ਨਾਨਕ ਇਹ ਤੂੰ ਕੀ ਕਹਿੰਦਾ ਹੈ, ਮਾਫ ਕਰਨਾ ਕਿ ਨਾ ਹਿੰਦੂ ਨਾ ਕੋਈ ਮੁਸਲਮਾਨ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਗੁਰੂ ਬਾਬੇ ਨੇ ਆਖਿਆ ਮਾਫ ਕਰਨਾ, ਉਹ ਕਹਿੰਦਾ ਕਹਿੰਦਾ ਨਾ ਹੋਣਗੇ ਹਿੰਦੂ ਵਿਚਾਰੇ, ਜਜੀਏ ਟੈਕਸ ਦੇ ਮਾਰੇ, ਕਰਾਂ ਦੇ ਮਾਰੇ, ਪਰ ਇਸਲਾਮ ਦਾ ਤਾਂ ਚੱਕਰਵਰਤੀ ਰਾਜ ਹੈ। ਗੁਰੂ ਬਾਬੇ ਨੇ ਆਖਿਆ ਹਾਂ ਅਸੀਂ ਠੀਕ ਕਹਿੰਦੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਉਸ ਮੌਕੇ ਗੁਰੂ ਕੀ ਸੰਗਤ ਬਾਬਾ ਜੀ ਵਰਗਾ ਸਾਂਝਾ ਗੁਰੂ ਦੁਨੀਆਂ ਦੇ ਉੱਤੇ ਆਉਣਾ ਹੀ ਨਹੀਂ, ਇੱਕ ਵਾਰੀ ਕਹਿ ਦਿਓ ਯਾਰ। ਤਾਂ ਉਸ ਮੌਕੇ ਗੁਰੂ ਜੀ ਨੇ ਕਿਹਾ ਨਵਾਬ ਸਾਹਿਬ ਮੁਸਲਮਾਨ ਉਹ ਹੈ ਜੋ ਸਾਰਿਆਂ ਦੇ ਵਿੱਚ ਖੁਦਾ ਨੂੰ ਵੇਖਦਾ, ਇੱਕ ਵਾਰੀ ਕਹਿ ਦਿਓ ਯਾਰ। ਸਾਰਿਆਂ ਦੇ ਵਿੱਚ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਜੋ ਸਭ ਦੇ ਵਿੱਚ ਖੁਦਾ ਨੂੰ ਵੇਖਦਾ, ਅਤੇ ਹਿੰਦੂ ਉਹ ਹੈ ਜੋ ਸਾਰਿਆਂ ਵਿੱਚ ਰਾਮ ਨੂੰ ਦੇਖਦਾ। ਮਾਫ ਕਰਨਾ ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਕੁਛ ਵੀ ਹੈ, ਜੋ ਸਾਰਿਆਂ ਦੇ ਵਿੱਚ ਮਾਫ ਕਰਨਾ ਗੁਰੂ ਕੀ ਸੰਗਤ ਸਭਨਾਂ ਨੂੰ ਇੱਕ ਰਾਮ ਹੀ ਦੇਖਦਾ। ਤਦੇ ਕਦੇ ਪੜ੍ਹਿਆ ਕਰਦਾ ਸੋਣਾ ਤੁਰਕਾਂ ਦਾ ਪੀਰ ਜੀ ਹਿੰਦੂਆਂ ਦਾ ਗੁਰੂ ਬਾਬਾ, ਪੀਰ ਜੀ ਹਿੰਦੂਆਂ ਦਾ ਗੁਰੂ ਬਾਬਾ, ਤੁਰਕਾਂ ਦਾ ਪੀਰ ਜੀ ਕਾਂਦਾ ਪੀਰ ਜੀ ਹਿੰਦੂਆਂ ਦਾ ਗੁਰੂ ਬਾਬਾ, ਦੁਰਗਾਂ ਦਾ ਪੀਰ ਜੀ ਓਏ
ਹਿੰਦੂਆਂ ਦਾ ਗੁਰੂ ਬਾਬਾ ਗੁਰਸਾਂ ਦਾ ਪੀਰ ਸਾਰੀ ਜ਼ਿੰਦਗੀ ਹਿੰਦੂ ਗੁਰੂ ਨਾਨਕ ਜੀ ਨੂੰ ਮਾਫ ਕਰਨ ਆਪਣਾ ਗੁਰੂ ਮੰਨਦੇ ਰਹੇ, ਤੁਰਕ ਆਪਣਾ ਪੀਰ ਮੰਨਦੇ ਰਹੇ। ਅੱਜ ਵੀ ਜਿੱਥੇ ਕਰਤਾਰਪੁਰ ਸਾਹਿਬ 'ਚ ਗੁਰਦੁਆਰਾ ਬਣਿਆ ਹੋਇਆ, ਉਹਦੇ ਨੇੜੇ ਗੁਰੂ ਨਾਨਕ ਸਾਹਿਬ ਦੀ ਯਾਦ ਬਣਾਈ ਹੈ ਮੁਸਲਮਾਨ ਭਰਾਵਾਂ ਨੇ। ਸਾਡੇ ਲੋਕਾਂ ਨੇ ਕੀ ਮਨਾਇਆ? ਠੀਕ ਹੈ, ਸਭ ਨੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ। ਜਿਸ ਤਰੀਕੇ ਨਾਲ ਮੁਸਲਮਾਨ ਭਰਾਵਾਂ ਨੇ ਗੁਰੂ ਨਾਨਕ ਦਾ ਪ੍ਰਕਾਸ਼ ਦਿਵਸ ਮਨਾਇਆ, ਸਾਧ ਸੰਗਤ ਜੀ, ਮਾਫ਼ ਕਰਨਾ ਦੁਨੀਆ ਹਿੱਲ ਗਈ। ਸਾਧ ਸੰਗਤ ਜੀ, ਇਮਰਾਨ ਖਾਨ ਨੇ ਮਾਫ਼ ਕਰਨਾ ਗੁਰੂ ਕੀ ਸੰਗਤ ਰਸਤਾ ਹੀ ਖੋਲ੍ਹ ਦਿੱਤਾ ਕਿ ਤੁਸੀਂ ਪਾਕਿਸਤਾਨ ਦੇ ਸਪੈਸ਼ਲ ਸੜਕ ਬਣਾ ਦਿੱਤੀ, ਇੱਥੋਂ ਤੁਸੀਂ ਜਾ ਕੇ ਲਾਂਘਾ ਖੋਲ੍ਹ ਦਿੱਤਾ ਕਿ ਤੁਸੀਂ ਜਿੰਨੇ ਵੀ ਸਿੱਖ ਭਰਾ ਹੋ ਸਾਰੇ ਦੇ ਸਾਰੇ ਉੱਥੇ ਜਾ ਕੇ ਆਪਣੇ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਵਿੱਚ ਸਥਾਨ 'ਤੇ ਸਿੱਧਾ ਕਰ ਸਕਦੇ ਹੋ। ਖੈਰ, ਅੱਗੇ ਗੱਲ ਚੱਲੀ, ਇਹ ਗੱਲ ਕਹੀ ਤਾਂ ਫਿਰ ਗੁਰੂ ਸਾਹਿਬ ਨੇ ਕਿਹਾ ਹਿੰਦੂ ਅਤੇ ਮੁਸਲਮਾਨ 'ਚ ਕੋਈ ਫਰਕ ਨਹੀਂ ਹੈ, ਹਿੰਦੂ ਵੀ ਇੱਕੋ ਖੁਦਾ ਦੇ ਬਣਾਏ ਨੇ, ਮੁਸਲਮਾਨ ਵੀ ਉਸੇ ਖੁਦਾ ਦੇ ਬਣਾਏ ਨੇ। ਉਹਨੂੰ ਰਾਮ ਕਹਿ ਲਓ, ਉਹਨੂੰ ਖੁਦਾ ਕਹਿ ਲਓ, ਅੱਲਾ ਕਹਿ ਲਓ, ਵਹਿਰੂ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਹਦੇ ਨਿੱਕਾ ਨਾਮਾਂ ਵਾਲਾ ਵੀ ਹੋ ਕੇ ਮਾਫ਼ ਕਰਨਾ ਉਹ ਇੱਕ ਹੈ। ਉਹ ਕਹਿਣ ਲੱਗੇ ਕੋਈ ਫਰਕ ਨਹੀਂ ਨਾਨਕ ਜੀ, ਆਖੇ ਕੋਈ ਫਰਕ ਨਹੀਂ। ਨਵਾਬ ਕਹਿੰਦਾ ਕੋਈ ਫਰਕ ਨਹੀਂ, ਆਖੇ ਨਹੀਂ, ਕਹਿੰਦੇ ਫਿਰ ਸਾਡੇ ਨਾਲ ਨਮਾਜ਼ ਕਰੋ। ਕਹਿੰਦੇ ਸਾਨੂੰ ਕੋਈ ਗਿਲਾ ਨਹੀਂ ਹੈ, ਅਸੀਂ ਨਮਾਜ਼ ਕਰ ਲੈਂਦੇ, ਪਰ ਨਮਾਜ਼ ਕਰਨੀ, ਮਾਫ਼ ਕਰਨਾ, ਨਮਾਜ਼ ਕਰਨ ਵਾਸਤੇ ਇੱਧਰ ਗੱਲ ਪਤਾ ਲੱਗੀ ਬੇਬੇ ਨਾਨਕੀ ਨੂੰ ਕਿ ਮੇਰਾ ਵੀਰ ਤਾਂ ਨਮਾਜ਼ ਕਰਨ ਚੱਲਿਆ, ਮੁਸਲਮਾਨ ਲੱਗਾ ਬਣਨ। ਲੋਕਾਂ ਕਿਹਾ ਭੈ ਬੇਬੇ ਨਾਨਕੀ ਨੂੰ ਆਖਿਆ ਜੀ ਭੈਣ ਨਾਨਕੀ ਤੇਰਾ ਵੀਰ ਮੁਸਲਮਾਨ ਹੋਣ ਚੱਲੀ ਆ, ਭੈਣ ਨਾਨਕੀ ਤੇਰਾ ਵੀਰ ਮੁਸਲਮਾਨ ਹੋਣ ਚੱਲਿਆ, ਭੈਣ ਨਾਨਕੀ ਤੇਰਾ ਵੀਰ ਮੁਸਲਮਾਨ ਹੋਣ ਚੱਲਿਆ, ਭੈਣ ਨਾਨਕੀ ਤੇਰਾ ਵੀਰ ਮੁਸਲਮਾਨ ਹੋਣ ਚੱਲਿਆ, ਮਾਫ਼ ਕਰਨਾ ਗੁਰੂ ਕੀ ਸੰਗਤ। ਲੋਕ ਜਾ ਕੇ ਕਹਿੰਦੇ ਨੇ ਬੇਬੇ ਤੇਰਾ ਵੀਰ ਮੁਸਲਮਾਨ ਹੋਣ ਵਾਸਤੇ ਜਾ ਰਿਹਾ। ਬੇਬੇ ਨਾਨਕੀ ਨੇ ਆਖਿਆ, ਸੰਸਾਰ ਨੂੰ ਆਖਿਆ, ਲੋਕਾਂ ਨੂੰ ਕਹਿ ਰਹੀ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਨਾਨਕ ਕੀ ਚੀਜ਼ ਹੈ, ਇਹਦੇ ਵਿੱਚ ਵੀ ਮੇਰੇ ਵੀਰ ਦਾ ਕੋਈ ਚੋਜ ਹੋਣਾ ਹੈ। ਸਤਸੰਗ ਜੀ, ਗੁਰੂ ਨਾਨਕ ਜੀ ਨੇ ਕਿਹਾ ਮੈਂ ਨਮਾਜ਼ ਕਰਾਂਗਾ, ਕੌਣ ਕੌਣ ਕਰੇਗਾ? ਕਾਜੀ ਕਹਿੰਦਾ ਇੱਕ ਮੈਂ ਕਰੂੰਗਾ, ਦੂਜੇ ਨੰਬਰ 'ਤੇ ਨਵਾਬ ਕਹਿੰਦਾ ਮੈਂ ਵੀ ਕਰਾਂਗਾ। ਜਦੋਂ ਨਮਾਜ਼ ਕਰ ਰਹੇ ਸੀ ਆਪਾਂ, ਜਿਵੇਂ ਗੁਰੂ ਘਰ ਆ ਕੇ ਬੈਠੇ ਹੁੰਦੇ ਹਾਂ, ਅਤੇ ਖਿਆਲ ਸਾਡਾ ਕਿੱਥੇ ਹੁੰਦਾ? ਖਿਆਲ ਦੁਨੀਆਂ ਦੇ ਕੰਮਾਂ ਕਾਰਾਂ 'ਚ ਹੁੰਦਾ, ਕੋਈ ਕਿਤੇ ਖੋਇਆ ਹੁੰਦਾ, ਕੋਈ ਕਿਤੇ, ਇਹ ਕੋਈ ਗੁਰੂ ਘਰ 'ਚ ਆਉਣਾ ਥੋੜ੍ਹਾ।
ਮਾਫ ਕਰਨਾ ਗੁਰੂ ਘਰ ਆਉਣਾ ਤਾਂ ਉਹ ਹੈ ਜਦੋਂ ਕਿ ਚਿੱਤ ਗੁਰੂ ਚਰਨਾਂ ਦੇ ਵਿੱਚ ਗੁਰੂ ਘਰ ਵਿੱਚ ਹਰੀ ਜਸ ਹਰੀ ਕੀਰਤਨ 'ਚ ਟਿਕਿਆ ਹੋਵੇ। ਮਾਫ ਕਰਨਾ ਗੁਰੂ ਕੀ ਸੰਗਤ ਅਤੇ ਉਹ ਨਮਾਜ਼ ਕਰਨ ਵਾਸਤੇ ਬੈਠ ਗਏ, ਕਾਜੀ ਵੀ ਬੈਠ ਗਿਆ, ਇੱਕ ਪਾਸੇ ਨਵਾਬ ਬੈਠ ਗਿਆ, ਇੱਕ ਪਾਸੇ ਬਾਬਾ ਜੀ ਬੈਠ ਗਏ, ਗੁਰੂ ਨਾਨਕ ਜੀ ਬਹਿ ਗਏ, ਤਾਂ ਸਤਿਸੰਗ ਜੀ ਨਮਾਜ਼ ਕਰਦੇ ਕਰਦੇ ਉਹ ਸਤਿਸੰਗ ਜੀ ਕਾਜੀ ਦੀ ਘੋੜੀ ਨਾ ਸੂਣ ਵਾਲੀ ਸੀ ਅਤੇ ਪਿੱਛੇ ਟੋਇਆ ਸੀ, ਉਸ ਉਹ ਬੈਠਾ ਬੈਠਾ ਕਰੀਏ ਖਿਆਲ ਤੋਂ ਤੁਰ ਗਿਆ। ਖਿਆਲ ਕਿੱਥੇ ਹੈ ਵੀ ਘੋੜੀ ਸੂਈ ਅਤੇ ਜੇ ਜਿਹੜਾ ਵਸ਼ੀਰਾ ਹੈ ਅਤੇ ਉਹਦਾ ਟੋਏ 'ਚ ਡਿੱਗ ਕੇ ਮਰ ਜਾਏਗਾ। ਸਤਿਸੰਗ ਜੀ ਬੈਠਾ ਅਤੇ ਨਮਾਜ਼ ਸੀ, ਖਿਆਲ ਕਿੱਥੇ ਸੀ? ਘੋੜੀ 'ਚ, ਵਸ਼ੀਰੇ 'ਚ। ਦੂਜੇ ਨੰਬਰ 'ਤੇ ਨਵਾਬ ਕੀ ਸੋਚਦਾ ਵੇਖ ਰਿਹਾ, ਨਵਾਬ ਕਾਬਲ ਕੰਧਾਰ ਦੇ ਵਿੱਚ ਘੋੜੇ ਉਹਦਾ ਮਨ ਖਰੀਦਦਿਆ। ਉਸ ਸਮੇਂ ਕਾਬਲ ਕੰਧਾਰ ਇਹਨਾਂ ਘੋੜਿਆਂ ਦੇ ਵਪਾਰ ਦਾ ਕੇਂਦਰ ਸੀ ਅਤੇ ਉਹ ਨਵਾਬ ਉੱਥੇ ਘੋੜੇ ਖਰੀਦਦਾ ਪਿਆ। ਉਹਨੇ ਸੁਣਿਆ ਸੀ ਕਿ ਕਾਬਲ ਕੰਧਾਰ 'ਚ ਘੋੜੇ ਬੜੇ ਬੜੇ ਖੂਬਸੂਰਤ ਨੇ, ਬੜੇ ਬੜੇ ਚੰਗੇ ਨੇ। ਉਹਦਾ ਮਨ ਘੋੜੇ ਖਰੀਦਣ ਲੱਗਿਆ, ਉਹਦਾ ਮਨ ਲੱਗਿਆ ਵੀ ਜੇ ਮੇਰੀ ਘੋੜੀ ਸੂ ਪਈ ਅਤੇ ਵਸ਼ੀਰਾ ਕਿਤੇ ਪਿੱਛੇ ਟੋਏ 'ਚ ਡਿੱਗ ਕੇ ਮਰ ਨਾ ਜਾਏ ਅਤੇ ਬਾਬਾ ਜੀ ਨਾ ਬੈਠੇ ਹੱਸੀ ਜਾਣ। ਉਹ ਦੋਨੋਂ ਵੇਖ ਕੇ ਬੜੇ ਰਾਣ ਹੋ ਰਹੇ, ਹੱਸੀ ਜਾਣ। ਅਤੇ ਜਦੋਂ ਉਹ ਮਾਫ ਕਰਨਾ ਗੁਰੂ ਕੀ ਸੰਗਤ ਨਮਾਜ਼ ਕਰਕੇ ਹਟੇ ਅਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੂੰ ਨਮਾਜ਼ ਨਹੀਂ ਕੀਤੀ? ਬਾਬਾ ਜੀ ਕਹਿੰਦੇ ਮੈਂ ਤਾਂ ਨਮਾਜ਼ ਕੀ, ਮੈਂ ਨਮਾਜ਼ ਕਿਹਦੇ ਨਾਲ ਕਰਦਾ? ਤੁਸੀਂ ਨਮਾਜ਼ ਕਰਦੇ ਸੀ ਘੋੜਿਆਂ ਦੇ, ਘੋੜੀ ਦੀ, ਵਸ਼ੀਰਿਆਂ ਦੀ ਨਮਾਜ਼ ਕਰਦੇ ਸੀ ਪਏ। ਕਾਜੀ ਨੂੰ ਕਹਿੰਦੇ ਤੇਰਾ ਤਾਂ ਮਨ ਉੱਥੇ ਪਹੁੰਚਿਆ ਹੋਇਆ ਸੀ ਜੇ ਘੋੜੀ ਸੂਫੀ ਅਤੇ ਵਸ਼ੇਰਾ ਪਿੱਛੇ ਟੋਇਆ, ਟੋਏ 'ਚ ਵਸ਼ੇਰਾ ਡਿੱਗ ਕੇ ਮਰ ਜਾਏਗਾ। ਅਤੇ ਨਵਾਬ ਨੂੰ ਕਿਹਾ ਅਤੇ ਤੂੰ, ਤੇਰਾ ਮਨ ਤਾਂ ਕਾਬਲ ਕੰਧਾਰ ਦੇ ਵਿੱਚ ਘੋੜੇ ਖਰੀਦਦਾ ਸੀ ਪਿਆ, ਦੱਸੋ ਤੁਹਾਡੇ 'ਚ ਨਮਾਜ਼ ਕਿਹਨੇ ਕੀਤੀ? ਮੈਂ ਨਮਾਜ਼ ਕਿਹਦੇ ਕਰਦਾ? ਤੁਸੀਂ ਸਾਡੇ ਮੈਨੂੰ ਕਹਿੰਦੇ ਸੀਗੇ ਸਾਡੇ ਨਾਲ ਮਿਲ ਕੇ ਨਮਾਜ਼ ਕਰੋ। ਉਸ ਸਮੇਂ ਉਹ ਦੋਨੋਂ ਸ਼ਰਮਿੰਦੇ ਹੋ ਗਏ। ਗੁਰੂ ਬਾਬਾ ਜੀ ਨੂੰ ਕਹਿੰਦੇ ਕਿਰਪਾ ਕਰੋ, ਫਿਰ ਨਮਾਜ਼ ਕੀ ਹੁੰਦੀ ਹੈ, ਆਪਣੇ ਆਪਣੇ ਧਰਮ ਦੇ ਵਿੱਚ ਜਾਪ ਕੀ ਹੁੰਦਾ? ਉਹ ਪੰਜਵੇਂ ਪਾਤਸ਼ਾਹ ਸਲੋਕ ਆਉਂਦਾ, ਛੇ ਸਲੋਕ ਆਉਂਦਾ ਸੁਖਮਨੀ ਸਾਹਿਬ 'ਚ, ਪ੍ਰਭ ਕੀ ਉਸ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਕਹਿੰਦੇ ਇੱਕ ਮਨ ਚਿਤ ਹੋ ਕੇ ਖਿਆਲ ਨੂੰ ਪ੍ਰਭੂ ਦੇ ਵਿੱਚ ਜੋੜਨਾ, ਇਹਨੂੰ ਮਾਫ ਕਰਨਾ ਗੁਰੂ ਕੀ ਸੰਗਤ ਕਹਿੰਦੇ ਹਨ। ਮਾਫ ਕਰਨਾ ਨਮਾਜ਼ ਉਹ ਹੁੰਦੀ ਜਿਹੜੀ ਇੱਕ ਮਨ ਇੱਕ ਚਿਤ ਹੋ ਕੇ ਖੁਦਾ ਦੇ ਵਿੱਚ ਮਨ ਟਿਕਿਆ ਹੋਵੇ, ਉਹਦਾ ਨਾ ਨਮਾਜ਼ ਆ ਕਦੀ ਨਮਾਜ਼ ਹੈ? ਮਾਫ ਕਰਨਾ ਤੁਸੀਂ ਘੋੜਿਆਂ ਵਸ਼ੀਰਿਆਂ ਦੀ ਨਮਾਜ਼ ਕਰਦੇ ਸੀ ਪੈ, ਦੋਵੇਂ ਦੋਵਾਂ ਨੇ ਸ਼ਰਮ ਮਹਿਸੂਸ ਕੀਤੀ। ਹਾਂ ਨਾਨਕ, ਸੱਚਮੁੱਚ ਹੀ ਅਸੀਂ ਇਹੀ ਕਰ ਰਹੇ ਸੀ, ਕਈ ਘੋੜਿਆਂ ਉਹ ਮੈਂ ਘੋੜਿਆਂ ਦੀ ਨਮਾਜ਼ ਕੀਤੀ, ਨਵਾਬ ਕਹਿੰਦਾ, ਅਤੇ ਕਾਜੀ ਕਹਿੰਦਾ ਮੈਂ ਸੱਚਮੁੱਚ ਮੈਂ ਵਸ਼ੀਰੇ ਦੀ ਨਮਾਜ਼ ਕੀਤੀ ਕਿ ਕਿਹਦੇ ਘੋੜੀ ਸੂਬੇ ਅਤੇ ਵਸ਼ੀਰਾ ਟੋਏ 'ਚ ਡਿੱਗ ਕੇ ਨਾ ਮਰ ਜਾਏ। ਆਖਿਆ ਕਰੋ ਕਿਰਪਾ, ਫਿਰ ਨਮਾਜ਼ ਕਿਵੇਂ ਜਾਪ ਕੀਤਾ ਜਾਂਦਾ ਹੈ? ਜਸ ਕਰੋ ਵਾਹਿਗੁਰੂ ਦਾ, ਪਿਆਰਿਓ ਚਿੱਤ ਨੂੰ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ, ਪਿਆਰਿਓ ਚਿੱਤ ਨੂੰ ਇਕਾਗਰ ਕਰਕੇ, ਜਸ ਕਰੋ ਵਾਹਿਗੁਰੂ ਦਾ, ਪਿਆਰਿਓ ਚਿੱਤ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ, ਚਿੱਤ ਨੂੰ ਇਕਾਗਰ ਕਰਕੇ ਪਿਆਰਿਓ, ਤੂੰ ਇਕਾਗਰ ਕਰਕੇ ਪਿਆਰਿਓ,
ਜਿੱਤੋ ਹੀ ਕਾਦਰ ਕਰਕੇ ਪਿਆਰਿਓ ਵਾਹਿਗੁਰੂ ਦਾ ਪਿਆਰ ਜਿਸ ਨੂੰ ਇਕਾਗਰ ਕਰਕੇ ਨੁਮਾਇਸ਼ ਤਾਂ ਉਹ ਹੁੰਦੀ ਹੈ ਜਿਹੜੀ ਵਾਹਿਗੁਰੂ ਨਾਲ ਖਜ਼ਾਨਾ ਪਰਮੇਸ਼ੁਰ ਨਾਲ ਟਿਕ ਕੇ ਕੀਤੀ ਜਾਵੇ, ਉਹਦਾ ਨਾਂ ਇਬਾਦਤ ਹੈ। ਉਹਨੂੰ ਸਿਮਰਨ ਕਹਿ ਲਓ, ਉਹਨੂੰ ਜਾਪ ਕਹਿ ਲਓ। ਤੁਹਾਡਾ ਮਨ ਤਾਂ ਕਿਤੇ ਹੋਰ ਹੀ ਤੁਰਿਆ ਫਿਰਦਾ ਸੀ। ਸੋ ਸਤਿਸੰਗ ਜੀ, ਕੱਲ੍ਹ ਨੂੰ ਗੁਰੂ ਬਾਬੇ ਦਾ ਸੰਸਾਰ ਦੇ ਉਧਾਰ ਵਾਸਤੇ ਨਿਕਲਣਾ, ਸ਼ਾਦੀ ਹੋਣੀ, ਸ਼ਾਦੀ ਤੋਂ ਬਾਅਦ ਸਤਿਸੰਗ ਜੀ ਇਹਦੋਂ ਸਤਿਸੰਗ ਜੀ ਗੁਰੂ ਕੀ ਸੰਗਤ ਗੁਰੂ ਬਾਬਾ ਜੀ ਆ ਗੁਰਦੁਆਰਾ ਉੱਥੇ ਬਣਿਆ ਹੋਇਆ ਆਪਣੇ ਯੂਪੀ ਦੇ ਵਿੱਚ। ਸਤਿਸੰਗ ਜੀ ਉਸ ਗੁਰਦੁਆਰੇ ਦਾ ਨਾਂ ਹੈ ਬੌਲੀ ਸਾਹਿਬ। ਉੱਥੇ ਗੁਰੂ ਬਾਬਾ ਜੀ ਨੇ ਆਖਿਆ, ਬਾਲੇ ਮਰਦਾਨਿਆਂ ਅੱਜ ਤੋਂ ਸਾਥੋਂ ਦੂਰ ਹੋ ਜਾ। ਜਿੱਥੇ ਮਾਫ ਕਰਨਾ ਬੜੇ ਬੜੇ ਟੈਕਸ ਲਾਏ ਜਾਂਦੇ ਸਨ, ਜਿੱਥੇ ਮੱਝਾਂ ਗੂਆਂ 'ਤੇ ਲੋਕ ਵੇਚਦੇ ਸਨ, ਬੱਚੇ ਵੀ ਫੜ ਕੇ ਵੇਚਦੇ ਸਨ, ਮਾਫ ਕਰਨਾ ਆਖਿਆ ਤੂੰ ਇੱਥੋਂ ਅੱਜ ਦੀ ਰਾਤ ਸਾਥੋਂ ਦੂਰ ਹੋ ਜਾ। ਕੁਝ ਰੂਪ ਭਗਵਾਨ ਦਾ ਬੈਠਾ ਇੱਕ ਸਿਰ ਤੇ ਸੋਚੇ, ਰੂਪ ਭਗਵਾਨ ਦਾ ਬੈਠਾ ਇੱਕ ਸਿਰ ਤੇ ਸੋਚੇ, ਰੂਪ ਭਗਵਾਨ ਦਾ ਜਹਾਨ ਦਾ ਹੋਵੇ ਦੁੱਖ ਦੂਰ ਕਿਸ ਤਰ੍ਹਾਂ, ਦੁਖੀਏ ਜਹਾਨ ਦਾ ਵੇ ਹੋਵੇ ਦੁੱਖ ਦੂਰ ਕਿਸ ਤਰ੍ਹਾਂ, ਕਰਨਾ ਗੁਰੂ ਕੀ ਸੰਗਤ। ਬਾਬਾ ਜੀ ਇੱਕ ਪੱਥਰ 'ਤੇ ਬੈਠੇ, ਸਿਲ 'ਤੇ ਬੈਠੇ ਸੋਚਦੇ ਨੇ ਵੀ ਇੱਕ ਜਾਮੇ ਨਾਲ ਗੱਲ ਨਹੀਂ ਬਣਨੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਤਾਂ ਹੀ ਅਸੀਂ ਦਸਾਂ ਪਾਤਸ਼ਾਹਾਂ ਨੂੰ ਗੁਰੂ ਨਾਨਕ ਦਾ ਅਵਤਾਰ ਮੰਨਦੇ ਹਾਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਦਸ ਜਾਮੇ ਸਨ ਪਰ ਜੋਤ ਇੱਕ ਨਿਰੰਕਾਰ ਦੀ ਦਸਾਂ ਸਰੂਪਾਂ ਦੇ ਵਿੱਚ ਹੋ ਕੇ ਵਿਚਰੀ। ਮਾਫ ਕਰਨਾ ਗੁਰੂ ਕੀ ਸੰਗਤ ਦਿਨ ਚੜ੍ਹਦੇ ਸਾਰ ਇੱਕ ਪਠਾਨ ਸੀ ਇਸ ਇਲਾਕੇ ਦਾ। ਉਹ ਗੁਰੂ ਨਾਨਕ ਸਾਹਿਬ ਦਾ ਚਿਹਰਾ ਸੂਰਜ ਵਰਗੀ ਰੋਸ਼ਨੀ ਔਰ ਚੰਦਰਮਾ ਵਰਗੀ ਠੰਡਕ ਵੇਖ ਕੇ ਬੜਾ ਖੁਸ਼ ਹੋਇਆ ਵੀ ਇਹਨੂੰ ਮੈਂ ਜ਼ਰੂਰ ਵੇਚਾਂਗਾ। ਬਹੁਤ ਲੋਕਾਂ ਨੂੰ ਘੱਟ ਨੂੰ ਪਤਾ। ਮਾਫ ਕਰਨਾ ਗੁਰੂ ਕੀ ਸੰਗਤ ਉਹਨੇ ਗੁਰੂ ਬਾਬੇ ਨੂੰ ਫੜ ਲਿਆ, ਉੱਠ ਕਾਕਾ ਇਹ ਨਾਲ ਚੱਲ। ਬਾਬਾ ਜੀ ਨਾਲ ਉੱਠ ਪਏ, ਤੁਰ ਪਏ, ਮਾਫ ਕਰਨਾ ਕਰ ਲੈ ਗਿਆ। ਪਠਾਣੀ ਕਹਿੰਦੀ ਕਿੰਨਾ ਸੋਹਣਾ ਬੱਚਾ, ਮਾਫ ਕਰਨਾ ਇਹ ਕਿਹੜੀ ਮਾਂ ਦਾ ਪੁੱਤ ਲੈ ਆਇਆ। ਉਹ ਕਹਿਣ ਲੱਗਾ ਇਹਦੀ ਕੀਮਤ ਵੀ ਵੇਖੀ ਕਿੰਨੀ ਪੈਣੀ ਹੈ। ਕਹਿੰਦੇ ਛੋਟੇ ਹੁੰਦੇ ਪੜ੍ਹਿਆ ਕਰਦੇ ਸੀ ਮਾਫ ਕਰਨਾ ਗੁਰੂ ਕੀ ਸੰਗਤ। ਕਹਿੰਦੀ ਇਹ ਕੰਮ ਨਾ ਕਰੀ, ਆਗ ਦੀ ਪਠਾਣੀ ਨਾ ਕਮਾਵੀ ਕਹਿਰ ਵੇ, ਮਾਫ਼ ਕਰਨਾ ਫੁੱਲਾਂ ਵਰਗੀ ਖੇਤੀ ਉੱਤੇ ਬੀਜੀ ਯਾਰ ਨਾ। ਮਾਂ ਕਹਿੰਦਾ ਇਹਨੂੰ ਦੀਦੀ ਮੈਂ ਕਿਵੇਂ ਦੀ ਬੜੀ ਮਾਫ਼ ਕਰਨਾ ਗੁਰੂ ਕੀ ਸੰਗਤ ਵੱਟਣੀ ਹੈ।
ਸ਼ਹਿਰ ਦਾ ਸਭ ਤੋਂ ਮੰਨਿਆ ਪ੍ਰਮੰਨਿਆ ਅਮੀਰ ਪਠਾਨ ਸੀ। ਗੁਰੂ ਬਾਬਾ ਜੀ ਨੂੰ ਮਾਫ਼ ਕਰਨਾ ਗੁਰੂ ਕੀ ਸੰਗਤ, ਜਿੱਥੇ ਉਹ ਪਾਰ ਹੁੰਦਾ ਸੀ ਬੱਚਿਆਂ ਦੇ ਬੱਚੇ ਵੇਚੇ ਜਾਂਦੇ ਲੈ ਗਿਆ, ਅਤੇ ਉੱਥੇ ਗੁਰੂ ਨਾਨਕ ਸਾਹਿਬ ਦੀ ਕੀਮਤ 2 ਘੋੜੇ ਪਈ, 2 ਘੋੜੇ ਕੀਮਤ ਪਈ ਗੁਰੂ ਨਾਨਕ ਸਾਹਿਬ ਦੀ। ਜਦੋਂ 2 ਘੋੜੇ ਕੀਮਤ ਪਈ, ਜਿਹੜੇ ਪਠਾਨ ਨੇ ਖਰੀਦਿਆ ਸੀ, ਚੱਲ ਕਾਕਾ ਚਲੀਏ, ਹੁਣ ਤੂੰ ਮੇਰੇ ਕੋਲ ਵੇਖ ਚੁੱਕਿਆ ਆ ਚੁੱਕਿਆ, ਮਾਫ਼ ਕਰਨਾ ਗੁਰੂ ਕੀ ਸੰਗਤ, ਮੈਂ ਤੂੰ ਕੰਮ ਕਰਾਵਾਂਗਾ, ਜੇ ਕਰਾਂਗਾ ਉਹ ਕਰਾਂਗਾ। ਪਰ ਮਾਫ਼ ਕਰਨਾ ਉਹਨੇ ਪਾਣੀ ਲੈਣ ਵਾਸਤੇ ਗੁਰੂ ਨਾਨਕ ਸਾਹਿਬ ਨੂੰ ਘੱਲਿਆ ਵੀ ਜਾ, ਮਾਫ਼ ਕਰਨਾ ਫਲਾਣੇ ਟੋਬੇ ਤੋਂ ਪਾਣੀ ਲੈ ਕੇ ਆ, ਅਤੇ ਉਹ ਗੁਰੂ ਨਾਨਕ ਸਾਹਿਬ ਗਏ, ਉੱਥੇ ਟੋਬਾ ਸੁੱਕਿਆ ਮਿਲਿਆ। ਉਹਨੇ ਕਿਹਾ ਜੀ ਪਾਣੀ ਤਾਂ ਉੱਥੇ ਹੈ ਹੀ ਨਹੀਂ। ਆਖਿਆ ਫਲਾਣੇ ਖੂਹ ਤੋਂ ਲੈ ਕੇ ਆ, ਮੁਕਦੀ ਗੱਲ ਕੀ, ਖੂਹਾਂ 'ਤੇ ਜਾਂਦਾ ਖੂਹ ਸੁੱਕੇ, ਉੱਥੇ ਇੱਕ ਨਦੀ ਪੈਂਦੀ ਨੇੜੇ, ਉੱਥੇ ਗਿਆ ਪਾਣੀ ਲੈਣ ਵਾਸਤੇ ਗੁਰੂ ਨਾਨਕ ਸਾਹਿਬ ਗਏ, ਉਹੀ ਸੁੱਕੀ ਪਿਆਸ ਨਾਲ ਸਾਰਾ ਸ਼ਹਿਰ ਲੱਗਾ ਮਰਨ। ਉਸ ਮੌਕੇ ਉਹ ਪਠਾਨ ਉਹ ਜਿਹਨੂੰ ਗੁਰੂ ਨਾਨਕ ਸਾਹਿਬ ਨੂੰ ਵੇਚਿਆ ਸੀ, ਅਤੇ ਉਹਦੀ ਘਰਵਾਲੀ ਕਹਿੰਦੀ ਵੇਖਿਆ ਲੈ ਲਿਆ ਤੁਸੀਂ ਸਵਾਦ ਚੱਖ ਲਿਆ। ਉਸ ਮੌਕੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਉੱਤੋਂ ਮਾਫ਼ੀ ਮੰਗੀ, ਅਤੇ ਸਾਧ ਸੰਗਤ ਜੀ ਨਾਲੇ ਬਾਬਾ ਜੀ ਨੂੰ ਰਿਹਾ ਕੀਤਾ, ਅਤੇ ਨਾਲੇ ਗੁਰੂ ਬਾਬੇ ਨੂੰ ਨੇ ਉਪਦੇਸ਼ ਕੀਤਾ ਕਿ ਤੁਸੀਂ ਲੋਕਾਂ ਨੂੰ ਐਂ ਵੇਚ ਦਿਓ, ਇਹ ਨਾ ਵੇਚਿਆ ਕਰੋ, ਇਹ ਨਾ ਕੰਮ ਕਰਿਆ ਕਰੋ। ਇਉਂ ਬਾਬੇ ਨੇ ਉਹਨਾਂ ਲੋਕਾਂ ਦਾ ਸੁਧਾਰ ਕੀਤਾ। ਕੱਲ੍ਹ ਨੂੰ ਮਾਫ਼ ਕਰਨਾ ਜੰਜ ਚੜ੍ਹੀ, ਛੀਣ ਜੰਜ ਚੜ੍ਹੀ ਬਾਬੇ ਨਾਨਕ ਵਾਲੀ, ਜੁੱਤੀ ਜੜੀ ਹੋਈ ਨਾਲ ਸਤਾਰਿਆਂ ਦੇ। ਸਤਿਗੁਰੂ ਨਾਨਕ ਜੰਜ ਵਿੱਚ ਇੰਝ ਫਿਰਦਾ ਜਿਵੇਂ ਚੰਨ ਫਿਰਦਾ ਵਿੱਚ ਤਾਰਿਆਂ ਦੇ। ਮਾਫ਼ ਕਰਨਾ ਗੁਰੂ ਕੀ ਸੰਗਤ, ਬਾਬੇ ਨਾਨਕ ਦੀ ਜੰਝ ਸੁਲਤਾਨਪੁਰ ਤੋਂ ਬਟਾਲੇ ਨੂੰ ਜਾਣੀ ਬੜਾ ਸਮਾਂ ਲੱਗੇ, ਸਾਰੀ ਉਮਰਾਂ ਹੀ ਲਾ ਦਈਏ, ਅਤੇ ਗੁਰੂ ਨਾਨਕ ਸਾਹਿਬ ਦੇ ਜਿੱਥੇ ਜਿੱਥੇ ਚਰਨ ਪੈ ਨੇ ਉਹਨਾਂ ਸਥਾਨਾਂ ਦੇ ਬੰਦਾ ਦਰਸ਼ਨ ਨਹੀਂ ਕਰ ਸਕਦਾ। ਮਾਫ਼ ਕਰਨਾ ਗੁਰੂ ਕੀ ਸੰਗਤ, ਹੁਣ ਇੰਨੇ ਸ਼ਬਦ ਪ੍ਰਵਾਨ ਕਰੋ, ਸਮਾਂ ਹੋ ਗਿਆ। ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਜੀ ਦੀ ਲਾਈਫ ਹਿਸਟਰੀ ਬਿਆਨ ਤਾਂ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਤੂੰ ਛੋਟੇ ਤੋਂ ਛੋਟੀ ਮਾਫ਼ ਕਰਨਾ ਵਿਚਾਰ 'ਤੇ ਵਿਚਾਰ ਕਰਾਂਗੇ। ਖੈਰ ਇਹ ਨਕਸ਼ਾ ਪ੍ਰਵਾਨ ਕਰੋ ਕੀ ਕੌਤਕ ਦੱਸੀ, ਇਹ ਬੜਾ ਉਹਦੇ ਗੁਰਦੁਆਰਾ ਬਣਿਆ, ਅਸੀਂ ਕੀਰਤਨ ਕਰਨ ਗਏ ਅਤੇ ਉਹ ਗੁਰਦੇ ਦਾ ਗੁਰਦੁਆਰਾ ਨਾ ਚਾਦਰ ਸਾਹਿਬ, ਇੱਕ ਵਾਰੀ ਕਹੋ ਵਾਹਿਗੁਰੂ ਚਾਦਰ ਸਾਹਿਬ ਜੀ। ਉਹਨੂੰ ਉੱਥੇ ਦੇ ਲੋਕਾਂ ਨੂੰ ਪੁੱਛਿਆ ਇਹਦਾ ਨਾਂ ਚਾਦਰ ਸਾਹਿਬ ਕਿਵੇਂ, ਕਹਿੰਦੇ ਇੱਥੇ ਗੁਰੂ ਨਾਨਕ ਸਾਹਿਬ ਨੇ ਇਸ ਦਰਿਆ ਨੂੰ ਪਾਰ ਕਰਨਾ ਸੀ ਅਤੇ ਮਲਾਹ ਨੇ ਪੈਸੇ ਮੰਗੇ, ਜਦੋਂ ਪੈਸੇ ਮੰਗੇ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਪੈਸੇ ਤਾਂ ਹੈ ਨਹੀਂ, ਅਤੇ ਬਾਲਾ ਕਹਿੰਦਾ ਬਾਬਾ ਜੀ ਹੁਣ ਕਿਵੇਂ ਜਾਵਾਂਗੇ, ਦਰਿਆ ਵੀ ਬੜਾ ਗਹਿਰਾ। ਕਹਿੰਦੇ ਕੋਈ ਨਹੀਂ, ਮਰਦਾਨੇ ਆਪਣੀ ਚਾਦਰ ਲਿਆ, ਜਿਹੜੀ ਮਰਦਾਨੇ ਚਾਦਰ ਓੜੀ ਸੀ, ਬੁੱਕਰ ਮਾਰੀ ਸੀ, ਆਖਿਆ ਇਸ ਚਾਦਰ ਨੂੰ ਆ ਪਾਣੀ ਦੇ ਉੱਤੇ ਵਿਛਾ ਅਤੇ ਅੱਗੇ ਅਸੀਂ ਬਹਿੰਦੇ ਹਾਂ, ਪਿੱਛੇ ਬਾਲਾ ਦੇ ਫਿਰ ਮਰਦਾਨਾ ਬਹਿੰਦੇ ਹਾਂ। ਉਹ ਚਾਦਰ 'ਤੇ ਬੈਠ ਕੇ ਗੁਰੂ ਨਾਨਕ ਸਾਹਿਬ ਉਸ ਦਰਿਆ ਨੂੰ ਪਾਰ ਹੋ ਗਿਆ, ਉਹਦਾ ਨਾਮ ਬਣਿਆ ਗੁਰਦੁਆਰਾ ਚਾਦਰ ਸਾਹਿਬ। ਮਾਫ਼ ਕਰਨਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਅੱਕਾਂ ਦੀਆਂ ਡੋਡੀਆਂ ਦੇ ਵਿੱਚੋਂ ਅੰਮ੍ਰਿਤ ਚਵਾ ਕੇ ਮਰਦਾਨੇ ਦੀ ਭੁੱਖ ਦੂਰ ਕੀਤੀ। ਇਹ ਵਿਚਾਰ ਕਰਾਂਗੇ, ਕੱਲ੍ਹ ਦਾ ਪ੍ਰੋਗਰਾਮ ਇੱਥੋਂ ਸ਼ੁਰੂ ਕੀਤਾ ਜਾਏਗਾ। ਹੋਈਆਂ ਭੁੱਲਾਂ ਦੀ ਮਾਫ਼ੀ। ਅਗਲਾ ਸਮਾਂ ਭਾਈ ਮਨੀ ਸਿੰਘ ਹੋਰ ਹੀ ਲਾਉਣਗੇ, ਉਦੋਂ ਬਾਅਦ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।